بسم اللہ الرحمن الرحیم السلام علیکم اج دی ویڈیو ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਤੁਸੀਂ ਵੇਖ ਸਕਦੇ ਹੋ ਕਿ حضرت امنون علیہ السلام ਉਹਨਾਂ ਦਾ ਬੋਰਡ ਲੱਗਾ ਇੱਥੇ ਔਰ ਤਾਰੀਖੇ ਦੱਸਦੀ ਹੈ ਕਿ ਇਹ ਅੱਲਾ ਦੇ ਪੈਗੰਬਰ ਸਨ ਬਨੀ Israil ਦੇ ਪੈਗੰਬਰ حضرت امنون علیہ السلام ਜਿਹੜੇ ਕਿ ਇੱਥੇ ਦਫਨ ਨੇ ਗੁਜਰਾਤ ਦੇ ਇਲਾਕੇ ਦੇ ਵਿੱਚ ਗੁਜਰਾਤ ਤੋਂ ਜਦੋਂ ਹੈਡ ਮਰਾਲਾ ਦੀ ਤਰਫ ਰੋਡ ਜੜੀ ਜਾਂਦੀ ਹੈ ਨਾ ਰਸਤੇ ਦੇ ਵਿੱਚ ਇੱਕ ਮੁਕਾਮ ਆਂਦਾ ਹੈ شیخ ਚੁਗਾਨੀ ਸ਼ੇਖ ਚੁਗਾਨੀ ਤੂੰ 1 ਕਿਲੋਮੀਟਰ ਟਰੈਕ ਜਿਹੜਾ ਉਹ ਰਾਈਟ ਸਾਈਡ 'ਤੇ ਉਤਰਨਾ ਤੇ ਅੱਗੇ ਇਹ ਬੋਰਡ ਲੱਗਾ ਨਜ਼ਰ ਆਏਗਾ ਔਰ ਬੋਰਡ ਦੇ ਉੱਤੇ ਤੁਸੀਂ ਵੇਖਦੇ ਪਿਓਗੇ ਐਰੋ ਦਾ ਨਿਸ਼ਾਨ ਬਣਿਆ ਹੈ ਇਹ ਉਹ ਰਸਤਾ ਹੈ ਜਿਹੜਾ ਮਜ਼ਾਰ ਸ਼ਰੀਫ ਦੀ ਤਰਫ ਜਾ ਰਿਹਾ ਹੈ ਔਰ ਅੱਗੇ ਤੁਹਾਨੂੰ ਲੈ ਜਾਣੇ ਆ ਅੱਲਾ ਦੇ ਪੈਗੰਬਰ ਦੇ ਮਜ਼ਾਰ ਦੀ ਜ਼ਿਆਰਤ ਕਰਵਾਨੇ ਆ ਲਓ ਜੀ ਇਹ حضرت ਅਮਨੂਨ ਅਲੈਹਿਸਲਾਮ ਦੇ ਮਜ਼ਾਰ ਦਾ ਦਾਖਲੀ ਦਰਵਾਜ਼ਾ ਹੈ ਮੈਂ ਅੰਦਰ ਦਾਖਲ ਹੋ ਚੁੱਕਾ ਔਰ ਉੱਪਰ ਚੱਲਨੇ ਆ ਸੀੜੀਆਂ ਦੇ ਬਾਹਰ ਅਸੀਂ ਆਪਣੇ ਜੁੱਤੇ उतार देवे और मजार दे बिल्कुल ऊपर जा रहे हैं अल्लाह अकबर अल्लाह अकबर हज़रत अमनून सलाम की कब्र मुबारक सतह जमीन तो तकरीबन डेढ़ सौ फुट की बुलंदी है और इस वेल मैं मौजूद हाँ हज़रत अमनून सलाम के मज़ार मुबारक उपर हज़रत गौर अहमद जिन्हों को दसिया है कि कशफुल कबूर का इलम स ਹਜ਼ਰਤ ਅਮਨੂਨ ਅਲੈ ਸਲਾਮ ਦੀ ਕਬਰ ਮੁਬਾਰਕ ਜਿਹੜੀ ਹੈ ਉਹ ਦਰਿਆਫਤ ਕੀਤੀ ਸਦੀਆਂ ਪਹਿਲੇ ਦੀ ਇਹ ਗੱਲ ਏ ਕਿ ਉਹਨਾਂ ਹੋਰ ਵੀ ਕਬਰਾਂ ਦਰਿਆਫਤ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ਕਬਰ ਜਿਹੜੀ ਹੈ ਹਜ਼ਰਤ ਅਮਨੂਨ ਅਲੈ ਸਲਾਮ ਦੀ ਮਜ਼ਾਰ ਦੇ ਅੰਦਰ ਚੱਲ ਕੇ ਹਜ਼ਰਤ ਅਮਨੂਨ ਅਲੈ ਸਲਾਮ ਦੀ ਕਬਰ ਮੁਬਾਰਕ ਦਾ ਤੁਹਾਨੂੰ ਜ਼ਿਆਰਤ ਵੀ ਕਰਵਾਉਣੇ ਆ ਕਿਸ ਤਰ੍ਹਾਂ ਦਾ ਮਜ਼ਾਰ ਹੈ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਦਰਿਆ ਦੇ ਕਿਨਾਰੇ ਤੁਸੀਂ ਵੇਖ ਸਕਦੇ ਹੋ ਬਹੁਤ ਇੱਕ ਖੂਬਸੂਰਤ ਨਜ਼ਾਰਾ ਦਰਿਆ ਦਾ ਔਰ ਦਰਿਆ ਦੇ ਬਿਲਕੁਲ ਕਿਨਾਰੇ ਦੇ ਉੱਤੇ मौजूद है मज़ार हज़रत अमनून अल इसलाम का मज़ार अंदर चलने वाह जी वाह अल्लाह अकबर मज़ार तख्ती लगी पत्थर की उते लिखे खूबसूरत रंगा दरबार दरबार आलिया अमनून सलाम तैयार कनुंदा हज़रत ख्वाजा गौरुद्दीन अहमद अल्लाह अकबर हज़रत अमनून अल ਦੇ ਕੇ ਬਣੀ ਇਸਰਾਇਲ ਦੇ پیغمبر ਸੰਨ ਉਹਨਾਂ ਦੀ ਕਬਰ ਮੁਬਾਰਕ ਦੀ ਜ਼ਿਆਰਤ ਤੁਹਾਨੂੰ ਕਰਵਾਈ ਜਾ ਰਹੀ ਹੈ। ਅ ਤੁਸੀਂ ਦੇਖ ਸਕਦੇ ਹੋ ਮਜ਼ਾਰ ਦੇ ਆਹਾਤੇ ਦੇ ਅੰਦਰ ਦਾਖਲ ਹੋ ਕੇ ਕਬਰ ਮੁਬਾਰਕ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ। ਖੂਬਸੂਰਤ ਛੱਤ ਦੇ ਉੱਤੇ ਡਿਜ਼ਾਈਨ ਔਰ ਫਾਨੂਸ ਲਗਾਏ ਗਏ ਨੇ। ਆਪਕੀ ਕਬਰ ਮੁਬਾਰਕ ਦੀ ਜਿਹੜੀ ਲੰਬਾਈ ਹੈ ਤਕਰੀਬਨ ਕਮੋਂਬੇਸ਼ 30 ਫੁੱਟ ਦੱਸੀ ਜਾਂਦੀ ਹੈ ਔਰ ਇਸ ਲਈ ਤੁਹਾਨੂੰ ਅਸੀਂ ਜ਼ਿਆਰਤ ਕਰਵਾ ਰਹੇ ਹਾਂ। और अंदर एक तख्ती भी जड़ी लगाई गई है शिजरा नसब जिदे लिखिया है शिजरा नसब हज़रत सैद ना इब्राहिम इस्लाम हज़रत सैदना सहाक्लाम हज़रत सैद यकूब सलाम हज़रत सैद ना यूद्लाम हज़रत सैद ना दऊदा सलाम और अगे हज़रत सैद ना अमनून अल्लाम बल्कि ना सिर्फ पाकिस्तानों बल्कि दुनिया भारत तू लोग आपकी कब्र मुबारक की ज्यारत वास्ते हाज़री देंगे दिन ਮਜ਼ਾਰ ਤੇ ਆਉਣ ਵਾਲੇ ਕੁਝ ਵਿਜ਼ਿਟਰ ਇਸ ਟਾਈਮ ਮੌਜੂਦ ਨਹੀਂ ਉਹਨਾਂ ਦੇ ਵਿੱਚੋਂ ਇੱਕ ਵਿਜ਼ਿਟਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਇਸ਼ਫਾਕ ਅਹਿਮਦ ਨਕਸ਼ਬੰਦੀ ਮੇਰਾ ਨਾਮ ਹੈ ਜੀ ਜ਼ਿਲ੍ਹਾ ਬਹਾਵਲਪੁਰ ਦੀ ਤਹਿਸੀਲ ਮੰਡੀ ਅਸਮਾਨ ਚੋਂ ਤੇ ਹਾਜ਼ਰੀ ਹੋਈ ਔਰ ਹਜ਼ਰਤ ਅਮਨੂਨ ਅਲੈ ਸਲਾਮ ਵੀ ਹਾਜ਼ਰੀ ਨਸੀਬ ਹੋਈ ਅੱਲਾਹ ਤਾਲਾ ਹਾਜ਼ਰੀ ਕਬੂਲ ਫਰਮਾਏ ਤਾਰੀਖ ਹੈ ਦਸਦੀ ਕਿ ਹਜ਼ਰਤ ਗੌਰਉਦੀਨ ਅਹਿਮਦ ਔਰ ਉਹਨਾਂ ਦੇ ਕੁਝ ਸਾਥੀ ਆਪਣੇ ਮਵੇਸੀ ਚਰਾ ਰਹੇ ਹਨ ਆਪਣੇ ਕੰਮ ਕਾਜ ਵਿੱਚ ਮਸਰੂਫ ਸਨ ਤੇ ਇੱਕ ਰੋਸ਼ਨੀ ਦਾ ਗੋਲਾ ਆ ਕੇ ਇੱਕ ਜਗ੍ਹਾ ਦੇ ਉੱਤੇ ਡਿੱਗ ਪੈਂਦਾ ਹੈ ਸਾਥੀਆਂ ਨੇ ਪੁੱਛਿਆ ਕਿ ਹਜ਼ਰਤ ਇੱਕ ਰੋਸ਼ਨੀ ਦਾ ਗੋਲਾ ਗਿਰਿਆ ਉਸ ਮਕਾਮ ਤੇ ਜਦੋਂ ਪਹੁੰਚੇ ਤੇ ਕਸ਼ਫੁਲ ਕਬੂਰ ਦਾ ਇਲਮ ਰੱਖਣ ਵਾਲੇ ਹਜ਼ਰਤ ਗੋਰੂਦੀਨ احمد ਨੇ ਨਿਸ਼ਾਨਦੇਹੀ ਕੀਤੀ ਔਰ ਇਹ ਕਿਹਾ ਕਿ ਇੱਥੇ ਹਜ਼ਰਤ ਮਨੂਨ ਅਲੈਹਿਸਲਾਮ ਜਿਹੜੇ ਕਿ ਅੱਲਾਹ ਦੇ ਪੈਗੰਬਰ ਨੇ ਉਹਨਾਂ ਦੀ ਕਬਰ ਮੁਬਾਰਕ ਹੈ ਇਸੇ ਨਾਲ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਾਰ ਬਾਰ ਪਹੁੰਚ ਸਕੇ ਅੱਲਾਹ ਹਾਫਿਜ਼